ਲੁਧਿਆਣੇ ਦੀ ਜਿਹੜੀ ਇੱਕ ਬੇਸਿਕ ਪ੍ਰੋਬਲਮ ਹੈ ਨਾ, ਉਹ ਪ੍ਰੋਬਲਮ ਹੈ ਟ੍ਰੈਫਿਕ ਦੀ। ਜਿੰਨੀ ਆਬਾਦੀ ਆ ਉਹ ਤੋਂ ਦੁੱਗਣੀਆਂ ਕਾਰਾਂ ਲੋਕਾਂ ਨੇ ਖਰੀਦ ਕੇ ਰੱਖੀਆਂ ਹੋਈਆਂ। ਹਰ ਕਾਰ 'ਚ ਤੁਹਾਨੂੰ ਇੱਕ ਇੱਕ ਦੋ ਦੋ ਬੰਦੇ ਹੀ ਦਿਸਣਗੇ। ਇੱਥੇ ਟਾਈਮ ਹੋ ਗਿਆ ਜੀ 12:03, LED ਹੋਣ ਕਰਕੇ ਫਲਿੱਕਰ ਕਰ ਰਹੀ ਹੈ। ਅੱਜ ਆਪਾਂ ਚੱਲੇ ਹਾਂ ਜੀ ਖੰਨੇ ਇਲੈਕਸ਼ਨ ਡਿਊਟੀ 'ਤੇ। ਮੈਂ ਕਿਹਾ ਵੀ ਚਲੋ ਫਿਰ ਵਲੌਗ ਬਣਾ ਲਈਏ ਅਤੇ ਤੁਹਾਨੂੰ ਵੀ ਦੱਸ ਦਈਏ ਵੀ ਇਲੈਕਸ਼ਨ ਡਿਊਟੀ 'ਚ ਪੜਾਉਣ ਵਾਲਿਆਂ ਦੀ ਤੇ ਬੈਂਕ ਵਾਲਿਆਂ ਦੀ ਕੀ ਹਾਲਤ ਕਰਦਾ ਇਲੈਕਸ਼ਨ ਕਮਿਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਤੇ, ਅਸਲਾਮ ਵਾਲੇਕੁਮ, ਗ੍ਰੀਟਿੰਗਸ ਆਫ ਦ ਡੇ। ਆਪਣੇ ਤੁਹਾਨੂੰ ਟ੍ਰੈਫਿਕ ਤੁਸੀਂ ਦੇਖ ਹੀ ਲਿਆ, ਆਪਣੇ ਸਾਹਮਣੇ ਖੜੀ ਆ ਗੱਡੀ। ਪਤਾ ਨਹੀਂ ਕਿੰਨਾ ਕੁ ਜਸਟੀਫਾਈ ਕਰਦਾ ਹੋਊਗਾ ਮੂਹਰਲਾ ਕੈਮਰਾ। ਇਹ ਗੱਡੀ ਦਾ ਨੰਬਰ ਬਹੁਤ ਵਧੀਆ PB10 EM01100। ਤੇ ਹੁਣ ਤੁਹਾਨੂੰ ਸਿੱਧਾ ਮਿਲਾਂਗੇ ਆਪਾਂ ਜਾ ਕੇ ਖੰਨੇ। ਰਾਹ 'ਚ ਜੇ ਕੁਛ ਦਿਖਾਉਣ ਵਾਲਾ ਹੋਇਆ ਤਾਂ ਉਹ ਤੁਹਾਨੂੰ ਦਿਖਾ ਦਾਂਗੇ, ਕੁਛ ਖਾਵਾਂਗੇ ਤਾਂ ਫਿਰ ਚਟਕੋਰੇ ਲਵਾ ਦਾਂਗੇ ਤੁਹਾਨੂੰ। ਚਲੋ ਫਿਰ ਸਾਡੇ ਨਾਲ ਹੀ। 12:01 ਤੇ ਤੁਹਾਨੂੰ ਦਿਖਾਇਆ ਸੀ ਜਾਮ ਲੱਗਿਆ ਹੋਇਆ ਤੇ ਹੁਣ ਖੁੱਲਿਆ ਜਾਮ। ਆਹ ਅਪਾਰਟਮੈਂਟਸ ਬਣਦੇ ਪਏ ਆ ਉਮਰਾ ਗ੍ਰੀਨ ਦੇ, 35-35 ਲੱਖ ਦੇ ਖੁੱਡੇ ਨੇ ਇਹ। ਜੇ ਕਿਸੇ ਨੇ ਲੈਣੇ ਆ ਤੇ ਉਰੇ ਖੁੱਡੇ ਖਰੀਦ ਸਕਦੇ ਹੋ ਤੁਸੀਂ। ਨਹਿਰ ਦੇ ਨਾਲ ਨਾਲ ਜਾਂਦਾ ਸਦਰਨ ਬਾਈਪਾਸ ਆ ਇਹ। ਦਰਾਹੇ ਤੱਕ ਜਾਵਾਂਗੇ, ਉਦੋਂ ਬਾਅਦ ਮੁੜਨਾ ਆਪਾਂ ਦਿੱਲੀ ਰੋਡ ਤੇ। ਦੁਰਾਹੇ ਤੋਂ ਆਪਾਂ ਮੁੜ ਗਏ ਦਿੱਲੀ ਰੋਡ ਨੂੰ। ਆਹ ਖੱਬੇ ਹੱਥ ਦੁਰਾਹ ਆ, ਸੱਜੇ ਹੱਥ ਆ ਪੁਲ ਹੈ। ਉੱਥੇ ਨਾਕਾ ਲੱਗਿਆ ਹੁੰਦਾ ਪੁਲਿਸ ਦਾ, ਉਹ ਫਿਰ ਤੁਹਾਨੂੰ ਪਤਾ ਹੀ ਹੈ ਵੀ ਮੋਬਾਈਲ ਯੂਜ਼ ਕਰਾਂਗੇ ਤਾਂ ਚਲਾਨ ਹੋਊਗਾ 1000-2000 ਦਾ। ਗਾਂ ਬੱਸ ਅੱਡਾ ਵਾਲਾ, ਇੱਥੇ ਬੱਸਾਂ ਖੜ੍ਹਦੀਆਂ ਨੇ, ਮਤਲਬ ਅਨਔਥਰਾਈਜ਼ਡ ਬੱਸ ਅੱਡਾ ਆ। ਉਰੇ ਵੀ ਪੁਲਿਸ, ਆਹ ਖੱਬੇ ਹੱਥ ਪੁਲਿਸ ਸਟੇਸ਼ਨ ਆ, ਉਹ ਟ੍ਰੈਫਿਕ ਕੋਪ ਖੜ੍ਹਾ ਆ। ਹੁਣ ਸਿੱਧਾ ਜਾਵਾਂਗੇ ਬੱਸ ਤੇ ਬੈਠਣਾ ਨੀ। ਕਿਉਂ ਨੀ ਬੈਠਣਾ ਹੈ? ਕੋਈ ਗੱਲ ਨੀ, ਨਾਨਕੀ ਨੂੰ ਵੀ ਲੱਗਦੀ ਪਈ ਸੀ ਗਰਮੀ ਤੇ ਦੇਸੀ ਤਰੀਕਾ ਕੀਤਾ ਨਾਨਕੀ ਦੀ, ਇੱਕ ਲੇਅਰ ਜਿਹੜੀ ਆ ਉਹ ਬੱਸ ਉੱਪਰ ਚੱਕਤੀ, ਕਿਉਂਕਿ ਜੇ ਲਾਹਤੀ ਤੇ ਮੁੜ ਕੇ ਇਹਨੇ ਜਿੱਦ ਕਰਨੀ ਆ ਵੀ ਮੈਂ ਪਾਉਣੀ ਨੀ। ਆਹ ਜਿਹੜਾ ਘੰਟਾ ਘਰ ਦਿਖਦਾ ਪਿਆ, ਇਹ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦਾ 6ਵੇਂ ਪਾਤਸ਼ਾਹੀ ਨਾਲ ਸੰਬੰਧਿਤ ਹੈ ਗੁਰਦੁਆਰਾ ਸਾਹਿਬ। ਵਾਪਸੀ ਤੇ ਆਪਾਂ ਇੱਥੇ ਆਵਾਂਗੇ, ਪ੍ਰਸ਼ਾਦਾ ਵੀ ਛਕਾਂਗੇ, ਦਰਸ਼ਨ ਵੀ ਕਰਾਂਗੇ, ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਇੱਕ ਜੇ ਆਪਾਂ ਟਾਈਮ ਸਿਰ ਵਿਹਲੇ ਹੋ ਗਏ, ਇਹਦੇ ਮਗਰ RDB ਫੋਰਟ ਹੈ ਇੱਕ। ਆਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਪਹਿਲਾਂ, ਇਹਦੇ ਮਗਰ ਇੱਕ RDB ਫੋਰਟ ਹੈ। ਦੇਖਦੇ ਹਾਂ ਜੇ GT ਰੋਡ ਤੋਂ ਦਿਖਦਾ ਹੋਵੇ ਤੁਹਾਨੂੰ, ਉਹ ਛੋਟਾ ਜਿਹਾ ਪਰੇ ਜੇ ਕਿਲੇ ਦੀਆਂ ਕੰਧਾਂ ਦਿਖਦੀਆਂ ਨੇ, ਉਹ RDB ਫੋਰਟ ਹੈ। ਤੇ ਹਜ਼ਾਰਾਂ ਸਾਲ ਪੁਰਾਣਾ ਬਣਿਆ ਹੋਇਆ, ਉਹ ਸ਼ੇਰ ਸ਼ਾਹ ਸੂਰੀ ਨੇ ਬਣਵਾਏ ਸੀਗੇ ਉਹ। ਉਹ 'ਚ ਵੀ ਦੇਖਾਂਗੇ ਜੇ ਟਾਈਮ ਸਿਰ ਵਿਹਲੇ ਹੋ ਗਏ, ਉਹ 'ਚ ਵੀ ਆਵਾਂਗੇ। ਕੋਟਾਂ ਤੋਂ ਜਿਵੇਂ ਹੀ ਗਾਂਹ ਤੁਰੇ ਆ ਨਾ, ਆਹ ਸੜਕ ਦੇ ਕੰਡੇ 'ਤੇ ਤੁਹਾਨੂੰ ਦਿਖਦੇ ਹੋਣੇ ਆ ਸੰਤਰੀ। ਸੰਤਰੀ ਇਹ ਕਿੰਨੂ ਕਹਿ ਲਓ ਜਾਂ ਕਹਿ ਲਓ ਮਾਲਟੇ, ਇਹਨਾਂ ਦੀਆਂ ਇਹਨਾਂ ਨੇ ਇੱਦਾਂ ਰੱਖੀਆਂ ਹੋਈਆਂ ਦੁਕਾਨਾਂ ਜਿਹੀਆਂ ਬਣਾਈਆਂ ਹੋਈਆਂ, ਨਾਲੇ ਤਾਂ ਵੇਚਦੇ ਨੇ ਨਾਲੇ ਜੂਸ ਪਿਉਂਦੇ ਆ ਪੈਸੇ ਲੈ ਕੇ। ਆਪਾਂ ਆਹ ਹਾਈਵੇ ਛੱਡ ਕੇ ਸਰਵਿਸ ਲੇਨ 'ਚ ਮੁੜ ਗਏ, ਕਿਉਂਕਿ ਸ਼ਹਿਰ ਦੇ ਅੰਦਰ ਆ ਗਏ ਆਪਾਂ ਖੰਨੇ 'ਚ। ਉਹ ਲਿਖਿਆ ਬੋਰਡ ਹਰੇ ਰੰਗ ਦਾ ਖੰਨਾ, ਅਤੇ ਬਸ ਇੱਥੋਂ ਆ ਸਮਰਾਲਾ ਚੌਂਕ ਕਹਿੰਦੇ ਆ ਇਹਨੂੰ ਵੀ। ਖੱਬੇ ਹੱਥ ਨੂੰ ਮੁੜ ਜਾਵਾਂਗੇ ਗਾਂ ਤਾਂ ਸਮਰਾਲਾ ਆ ਗਿਆ, ਸੱਜੇ ਹੱਥ ਨੂੰ ਮੁੜ ਜਾਵਾਂਗੇ ਖੰਨੇ ਸ਼ਹਿਰ 'ਚ। ਉੱਧਰ ਮੁੜ ਕੇ ਸਕੂਲ ਆਪਣਾ, ਭੀੜ ਭੜਾਕੇ ਦਾ ਇਲਾਕਾ, ਪੁਲਿਸ ਦਾ ਇਲਾਕਾ, ਤਾਂ ਕਰਕੇ ਫਿਰ ਆਪਾਂ ਥੋੜ੍ਹਾ ਜਿਹਾ ਮੋਬਾਈਲ ਨੂੰ ਗਰੇਜ਼ ਕਰਾਂਗੇ। BSF CRP ਅਤੇ ਪੰਜਾਬ ਪੁਲਿਸ ਨਾਲ ਬਹਿਸ ਬਸਈਆ ਕਰਕੇ ਆਪਾਂ ਅੰਦਰ ਆ ਗਏ ਜਮ੍ਹਾਂ ਗਰਾਊਂਡ ਦੇ, ਅਤੇ ਆ ਪਾਰਕਿੰਗ ਲੱਭੀ ਜਾਂਦੇ ਹਾਂ ਹੁਣ। ਅਤੇ ਸਕੂਲ ਦਾ ਗਰਾਊਂਡ ਆ, ਉਰੇ ਪਾਰਕ ਕਰਕੇ ਅਤੇ ਫਿਰ ਇੱਧਰੋਂ ਅੰਦਰ ਜਾਣਾ ਸਕੂਲ ਦੇ, ਅਤੇ ਫਿਰ ਉੱਥੇ ਸਾਰਾ ਹਿਸਾਬ ਕਿਤਾਬ ਆ। ਹੁਣ ਪਾਰਕ ਦੇ ਏਰੀਆ ਕਿੱਥੇ ਪਾਰਕ ਕਰਦੇ ਹਾਂ, ਉਹ ਉੱਥੇ ਜਾ ਕੇ ਆ, ਉਹ ਦੇਖੋ ਜਿੱਥੇ ਉੱਪਰ ਖੜ੍ਹੇ ਆ ਨਾ, ਉਹ ਇੱਧਰ ਜਾ ਕੇ ਆ ਅੰਦਰ ਡਿਊਟੀ। ਗੱਡੀ ਆਪਾਂ ਠੱਲਤੀ ਆ ਰਾਹ ਦੇ ਵਿਚਾਲੇ ਬੀਂਗ ਪੰਜਾਬੀ, ਅਤੇ ਉਹ ਪਤਾ ਕਰਨ ਜਾਣਾ ਡਿਊਟੀ ਦਾ, ਵੀ ਡਿਊਟੀ ਦੀ ਦਾ ਦੇਖਦੇ ਸੀਗੇ ਵੀ ਡਿਊਟੀ ਜਿਹੜੀ ਹੈਗੀ ਆ ਉਹ ਰਿਜ਼ਰਵ 'ਚ ਪਵਾਈ ਸੀ ਡਿਊਟੀ, ਉਹ ਦੇਖਦੇ ਆ ਵੀ ਰਿਜ਼ਰਵ 'ਚ ਡਿਊਟੀ ਪਈ ਆ ਕਿ ਨਹੀਂ ਪਈ। ਉਦੋਂ ਗਾਂਹ ਦੇਖਾਂਗੇ ਫਿਰ ਕੀ ਮਾਹੌਲ ਬਣਦਾ। ਸਿਕਿਉਰਿਟੀ ਪੂਰੀ ਆ ਐਤਕੀ ਪੰਜਾਬ ਦੀ, ਕਾਫੀ ਵਧੀਆ, ਤੁਸੀਂ ਦੇਖੋ ਵੀ ਪੂਰਾ ਮਾਹੌਲ ਬੰਨਿਆ ਪਿਆ ਇਹਨਾਂ ਨੇ ਵੋਟਾਂ ਦਾ। ਇਹ ਆ ਸਕੂਲ ਦੇ ਅੰਦਰ ਦਾ ਮਾਹੌਲ, ਇੱਦਾਂ ਲਿਸਟਾਂ ਲੱਗੀਆਂ ਨੇ ਸਾਰੀਆਂ ਟੀਮਾਂ ਦੀਆਂ, ਅਤੇ ਜਿਹੜੇ ਕਹਿੰਦੇ ਨਾ ਰੁਜ਼ਗਾਰ ਨਹੀਂ ਮਿਲਦਾ, ਰੁਜ਼ਗਾਰ ਨਹੀਂ, ਫਿਰ ਸਰਕਾਰ ਐਂ ਤੰਗ ਕਰਦੀ ਹੈ ਸਰਕਾਰੀ ਅਧਿਆਪਕਾਂ ਨੂੰ, ਬੈਂਕ ਮੁਲਾਜ਼ਮਾਂ ਨੂੰ। ਹਾਲ ਦੇ ਵਿੱਚ ਚੈੱਕ ਕਰ ਲਿਆ, ਰਿਜ਼ਰਵ 'ਚ ਡਿਊਟੀ ਲੱਗੀ ਹੋਈ ਆ। ਉਹ ਕਹਿੰਦੇ ਵੀ ਅਟੈਂਡੈਂਸ ਜਿਹੜੀ ਆ, ਅਟੈਂਡੈਂਸ ਹੋਊਗੀ 4:30 ਨੂੰ ਜਦੋਂ ਉਹ ਇੰਸਪੈਕਟਰ ਮੈਡਮ ਆਉਣਗੇ ਇਲੈਕਸ਼ਨ ਕਮਿਸ਼ਨ ਵਾਲੇ। ਅਤੇ ਐਂ ਆ ਸਾਰੇ ਲੱਖ ਲੱਖ ਰੁਪਏ, 70-70 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਬੰਦੇ ਨੇ, ਜਿਹੜੇ 8-2 ਕੰਮ ਕਰਨ ਦੇ ਆਦੀ ਨੇ, ਅਤੇ ਅੱਜ 5-6 ਵਜੇ ਤੱਕ ਇਹਨਾਂ ਨੂੰ ਠੱਲੀ ਰੱਖਣਾ ਸਰਕਾਰ ਨੇ। ਇਹ ਸਕੂਲ ਦਾ ਦੂਸਰਾ ਹਿੱਸਾ,
ਤੇ ਇੱਥੇ ਐ ਪਾਰਟੀਆਂ ਬੈਠੀਆਂ ਨੇ ਉਹ ਜਿਹੜੀ ਪਾਰਟੀ ਆ ਉਹਦੇ ਕੋਲ ਆ ਦੇਖੋ ਇਹ ਸਾਰਾ ਸੰਦ ਸਮਾਨ ਆਪਣਾ ਲੈ ਆਏ ਇਹਨਾਂ ਕੋਲ ਮਸ਼ੀਨਾਂ ਪਹਾੜੇ ਸਭ ਕੁਛ ਇਹਨਾਂ ਕੋਲ ਐ ਮਿਲ ਜਾਂਦਾ ਤੇ ਪੂਰੀ ਸਿਕਿਉਰਿਟੀ ਔਰ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਰੱਖਣਾ ਪੈਂਦਾ ਸਾਰਾ ਆ ਜਿੰਨੇ ਕਾਰਟਨ ਡੱਬੇ ਦਿਖਦੇ ਆ ਤੁਹਾਨੂੰ ਇਹ ਸਾਰੇ ਕਾਰਟਨਸ ਜਿਹੜੇ ਨੇ ਇਹ 'ਚ ਤੁਹਾਡਾ ਭਵਿੱਖ ਆ ਇਹ ਨੇ ਮਸ਼ੀਨਾਂ ਈਵੀਐਮ ਵਾਲੀਆਂ ਪਾਰਟੀ ਨੰਬਰ ਲਿਖਿਆ ਹੋਇਆ ਪਛਾਣ ਲਓ ਅਤੇ ਬਾਈ ਹੋਰੀ ਪਾਉਣਗੇ ਵੋਟਾਂ ਪੂਰੇ ਜੋਸ਼ੋ ਖਰੋਸ਼ ਨਾਲ ਐਂ ਆ ਸਾਰਾ ਮਾਹੌਲ ਗੱਲਬਾਤ ਸਕੂਲ ਬਹੁਤ ਸੋਹਣਾ ਇਹਨਾਂ ਦੇ ਅਦਾਰੇ ਸਾਰੇ ਬਹੁਤ ਸੋਹਣੇ ਆ ਇਸ ਵਾਲਿਆਂ ਦੇ ਅਤੇ ਇਹ ਆਪਣੇ ਪੰਜਾਬ ਦੀ ਸ਼ਾਨ ਪੰਜਾਬ ਪੁਲਿਸ ਦੇ ਜਵਾਨ ਪੰਜਾਬ ਹੈਲਥ ਕਾਰਪੋਰੇਸ਼ਨ ਵਾਲੇ ਦੀ ਐਂਬੂਲੈਂਸ ਖੜ੍ਹੀ ਆ ਸਰਕਾਰੀ ਜੇ ਕੋਈ ਹਾਰੀ ਬਿਮਾਰੀ ਹੋ ਜੇ ਉਹ ਬੈਠੇ ਆ ਸੀ ਆਰ ਪੀ ਵਾਲੇ ਆਪਣੇ ਵੀਰ ਭਰਾ ਫੁੱਲ ਸਿਕਿਉਰਿਟੀ ਟਾਈਪ ਮਾਹੌਲ ਆ ਅਤੇ ਔਸਮ ਗੱਲਬਾਤ ਆ ਕੋਈ ਚੱਕਰ ਨਹੀਂ ਹੈਗਾ ਜਿੰਨਾ ਬਾਹਰਲੀਆਂ ਸਟੇਟਾਂ 'ਚ ਰੋਲਾ ਪਈ ਜਾਂਦਾ ਵੀ ਪੰਜਾਬ 'ਚ ਜੀ ਐਂ ਹੋ ਗਿਆ ਊਂ ਹੋ ਗਿਆ ਲੈ ਵੀ ਕੱਲ੍ਹ ਇਲੈਕਸ਼ਨ ਨੇ ਅੱਜ ਬਿਲਕੁਲ ਸ਼ਾਂਤਮਈ ਮਾਹੌਲ ਆ ਸਾਰੀ ਸਿਕਿਉਰਿਟੀ ਪੂਰੀ ਵਧੀਆ ਅਸੀਂ ਲੁਧਿਆਣੇ ਤੋਂ ਚੱਲ ਕੇ ਖੰਨੇ ਤੱਕ ਆਏ ਹਾਂ ਕੋਈ ਰੋਲਾ ਨਹੀਂ ਹੈਗਾ ਸਾਰੇ ਆਪਸੀ ਭਾਈਚਾਰੇ ਨਾਲ ਸਭ ਕੁਝ ਚੱਲ ਰਿਹਾ ਮੈਂ ਤੁਹਾਨੂੰ ਦੱਸਿਆ ਵੀ ਹਾਜ਼ਰੀ ਲੱਗਣੀ ਆ 3:30-4 ਵਜੇ ਅਤੇ ਹੁਣ ਗੱਡੀ ਛਾਵੇਂ ਲਾਈ ਹੈ ਉਰੇ ਵਧੀਆ ਛਾਂ ਆ ਵੱਡਾ ਦਰਖਤ ਆ ਇਹਦੀ ਛਾਵੇਂ ਗੱਡੀ ਲਾਤੀ ਅਤੇ ਨਾਨਕੀ ਕਹਿੰਦੀ ਕੁਛ ਖਾਣਾ ਪੀਣਾ ਆ ਸਟੋਲ ਲੱਗੀ ਹੋਈ ਆ ਵੇਰਕਾ ਦੀ ਪੰਜਾਬ ਦੀ ਸ਼ਾਨ ਵੇਰਕਾ 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 ਬਾਦਲਾਂ ਨੇ ਖਾਸਾ ਖਾਧਾ ਵੇਰਕਾ ਨੂੰ ਵੀ ਅਤੇ ਚਲੋ ਕੋਈ ਗੱਲ ਨਹੀਂ ਐਨੀ ਹਾਓ ਵੇਰਕਾ ਤੋਂ ਕੁਛ ਲਵਾਂਗੇ ਖਾਣ ਪੀਣ ਨੂੰ ਖਾਵਾਂਗੇ ਪੀਵਾਂਗੇ ਟਾਈਮ ਪਾਸ ਕਰਾਂਗੇ ਇੱਕ ਚਾਹ ਦੀ ਸਟੋਲ ਲੱਗੀ ਹੋਈ ਆ ਨਾਲ ਮੱਠੀਆਂ ਧਰੀਆਂ ਬਾਈ ਨੇ ਅਤੇ ਵੇਰਕਾ ਬਾਈ ਕੋਲ ਹੈਗਾ ਪੀਓ ਕਾਜੂ ਪਿੰਨੀ ਅਤੇ ਹੋਰ ਲੱਲਾ ਭੱਬਾ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਇੱਕ ਤਾਂ ਵੇਰਕਾ ਦੇ ਦਿਓ ਬਟਰ ਸਕੋਚ 3 ਅਤੇ ਕਾਜੂ ਪਿੰਨੀ ਆ ਦੇ ਦਿਓ 2 ਇਹ ਸਮਾਨ ਖਾਵਾਂਗੇ ਪੀਵਾਂਗੇ ਆਪਾਂ ਹੁਣ ਅਤੇ ਵੇਟ ਕਰਾਂਗੇ ਵੀ 3:30 ਵੱਜ ਜਾਣ 4 ਵੱਜ ਜਾਣ ਜਦੋਂ ਸਾਰੀਆਂ ਇਲੈਕਸ਼ਨ ਪਾਰਟੀਆਂ ਜਿੰਨੀਆਂ ਨੇ ਬੱਸਾਂ 'ਚੋਂ ਚਲੀਆਂ ਗਈਆਂ ਫਿਰ ਆਪਾਂ ਅੰਦਰ ਜਾਵਾਂਗੇ ਹਾਜ਼ਰੀ ਲਾਉਣ ਇਹ ਹੁੰਦਾ ਰਿਜ਼ਰਵ ਜਦੋਂ ਤੁਹਾਡੀ ਡਿਊਟੀ ਆ ਜਾਵੇ ਇਹ ਟੈਕਨੀਕ ਆ ਹਾਜ਼ਰੀ ਲਵਾਉਣ ਦੀ ਪਹਿਲਾਂ ਆ ਕੇ ਨਹੀਂ ਮੂੰਹ ਚੱਕ ਕੇ ਹਾਜ਼ਰੀ ਲਵਾ ਦੇਣੀ ਫਿਰ ਤੁਹਾਨੂੰ ਘੱਲ ਦਿੰਦੇ ਆ ਇਹ ਕਿਸੇ ਨਾ ਕਿਸੇ ਪਾਰਟੀ ਨਾਲ ਫਿਰ ਤੁਸੀਂ 9:00 ਵਜੇ 10:10 ਵਜੇ ਤੱਕ ਫਸਦੇ ਹੋ ਫਿਰ ਆਂਟੀ ਕੀ ਕਰੀ ਜਾਂਦੇ ਹੋ ਕੀ ਕਰਦੇ ਸੀ ਓਏ ਆ ਕੀ ਕਰਦੇ ਹੋ ਨਾਨਕੀ ਇੱਥੋਂ ਖੁਰਚ ਖੁਰਚ ਕੇ ਲਾਈ ਜਾਂਦੀ ਆ ਹੱਥਾਂ ਨਾਲ ਗਲੂ ਜੀ ਲੱਗੀ ਹੋਈ ਹੈ ਫਿਰ ਕਹਿੰਦੀ ਆ ਮੇਰਾ ਹੱਥ ਸਾਫ਼ ਕਰੋ ਆਪਾਂ ਬਾਹਰ ਆਏ ਸੀ ਮਾਰਕੀਟ ਮਾੜਾ ਜਿਹਾ ਦਾ ਪੀਜ਼ਾ ਮਾਸਟਰ ITBP ਦੇ ਜਵਾਨ ਜਰਦਾ ਮਲਦੇ ਹੋਏ ਐਂ ਲੱਦ ਕੇ ਲੈ ਕੇ ਜਾਂਦੇ ਪਏ ਆ ਮਤਲਬ ਸਰਕਾਰਾਂ ਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਜਿਹੜੇ ਸਾਡੀਆਂ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਦਾ ਇੰਤਜ਼ਾਮ ਵਧੀਆ ਹੋਣਾ ਚਾਹੀਦਾ ਉਹਨਾਂ ਲਈ ਬੱਸਾਂ ਵਧੀਆ ਇਹ AC ਨਾ ਹੋਣ ਐਟਲੀਸਟ ਵਧੀਆ ਬੱਸਾਂ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਆਪਾਂ ਬਾਜ਼ਾਰ ਘੁੰਮਦੇ ਘੁੰਮਾਉਂਦੇ ਆ ਜ਼ੁਲਮੀ ਬੰਦੇ ਕੋਲ ਪਹੁੰਚੇ ਹਾਂ ਬਾਹਲਾ ਕਹਿਰੀ ਬੰਦਾ ਇਹ ਅਤੇ ਭਟੂਰੇ ਛੋਲੇ ਅਤੇ ਆਹ ਕੁਲਚੇ ਲਈ ਫਿਰਦਾ ਆਪਾਂ 2 ਕੁਲਚੇ ਲਏ ਆ ਅਤੇ ਤੋਂ ਨਾਲ ਛੋਲੇ ਅੰਦਰ ਬਹਿ ਕੇ ਆਰਾਮ ਨਾਲ ਖਾਵਾਂਗੇ ਆਪਾਂ ਬਾਈਟ ਬਣਾਵਾਂਗੇ ਕੁਲਚੇ ਦੀ ਪਹਿਲਾਂ ਰੀਲ ਬਣਾ ਕੇ ਹਟਿਆ ਉਹਦੇ ਕਰਕੇ ਕੁਲਚਾ ਖਾ ਲਿਆ ਛੋਲੇ ਪਾਵਾਂਗੇ ਪਿਆਜ਼ ਨਾਲ ਤੁਸੀਂ ਦੇਖ ਸਕਦੇ ਹੋ ਵੀ ਹਰੀ ਮਿਰਚ ਵੀ ਹੈਗੀ ਆ ਵਿੱਚ ਥੋੜ੍ਹੀ ਥੋੜ੍ਹੀ ਹਰੀ ਮਿਰਚ ਹੈ ਕਾਲੀ ਮਿਰਚ ਵਾਲੇ ਛੋਲੇ ਓਏ ਹੋਏ ਪਿਆਜ਼ ਅਤੇ ਹਰੀ ਮਿਰਚ ਮੂੰਹ 'ਚ ਇੰਨੇ ਫਲੇਵਰਸ ਮਿਕਸ ਕਰਦੇ ਹਾਂ ਇੱਕ ਪਾਪੜ ਵੀ ਆਪਾਂ ਹੁਣੇ ਲਵਾਂਗੇ ਇੱਕ ਬਾਈਟ ਵੱਡੀ ਜੀ ਹੋਰ ਬਣਾਉਂਦੇ ਹਾਂ ਟਾਈਮ 3:00 ਵੱਜ ਗਏ ਨੇ ਘੰਟਾ ਕੁ ਆਪਾਂ ਹੋਰ ਉਹਨੇ ਰੁਕਣਾ ਅਤੇ ਬਾਈ ਕੋਲ ਆ ਪਾਪੜ ਕਿਹੜੇ ਵਾਲੇ ਪਾਪੜ ਬਾਈ ਚੌਲਾਂ ਵਾਲੇ ਚੌਲਾਂ ਵਾਲੇ ਪਾਪੜ ਕਿੰਨੇ ਦਾ ਇੱਕ 5 ਦਾ 1 ਆ ਅਤੇ 1, 2, 3, 4 2 ਪਾਪੜ ਦੇ ਦੇ ਇਹ ਪਾਪੜ ਲਿਆ ਆਪਾਂ ਅਤੇ ਇਹਨੂੰ ਛੋਲੇ ਪਿਆਜ਼ ਨਾਲ ਖਾ ਕੇ ਦੇ ਦਿਆਂ ਪਾਪੜ ਕਾਫੀ ਕ੍ਰਿਸਪ ਹੈ ਅਤੇ ਚੌਲਾਂ ਵਾਲੇ ਪਾਪੜ ਹੁੰਦੇ ਆ ਜਿਹੜੇ ਡਬਰੂ ਜਿਹੇ ਵਾਲੇ ਹੁੰਦੇ ਸੀ ਤੁਸੀਂ ਦੇਖੇ ਆ ਸੁੱਕਾ ਵੀ ਟੇਸਟੀ ਹੈ ਤਾਂ ਮੈਨੂੰ ਪਿਆਜ਼ ਨਾਲ ਵੱਧ ਟੇਸਟੀ ਲੱਗਿਆ ਗੱਲ ਇਹ ਆ ਵੀ ਟਾਈਮ ਹਾਲੇ ਵੀ 1.5 ਘੰਟਾ ਪਿਆ ਸਾਡਾ ਅਤੇ ਅਸੀਂ ਬਸ ਫਿਰ ਖਾਣ 'ਤੇ ਟੱਕਰ ਬੰਨਿਆ ਹੋਇਆ ਹੁਣ
14-27 बस नंबर दसी जाते ने जिहड़े जिहड़े टीम अंदरों आई जाती है मशीना लैके फिर उन्हां नूं इदां बस नंबर दिंदे आ ते फिर उन्हां नाल मुलाजमां नूं भेज दिंदे आ सिक्योरिटी लई। हले तुहानूं दिखाई सी वी टीमां बणियां ने आपां नूं लग गई भुख। वह हल्का फुल्का खादा सीगा दो कुलचे सीगे उहदे च नानकी ने भी खादा पुष्पिंदर ने भी मैं भी ते पापड़ तुहानूं पता ही है किन्ने क लाइट जे पापड़ हुंदे ने। हुण आपां रह के आए सी मक्की दी रोटी मूलियां वाली वह खावांगे नाल आपां खा पीवांगे कोक लै के आए सी घरों आ पईआ बोतल नानकी नूं पा के दित्ती कहिंदी नानकी कहिंदी वी मैं पहिलां पीनी है नानकी पीती पई आओ कड़ी नानकी टक मटक चाल है शेरां वर्गी गभरू शकीन कहते पूरा हत्थ का ने सरदार परमजीत सिंह प्रोफेसर ऑफ फिजिक्स फिजिक्स के प्रोफेसर ने ते बीमारी की हालत च डाक्टर दियां सारियां उन्हां नूं अणदेख्या करते हुए कहते भी मैं अपनी ड्यूटी जिहड़ी आ निभाउणी निभाउणी आ। परमजीत भाई अरगे मिल के तो चले गए दो चार गल्लां वधिया कीतियां ते भी ऐ आ भी जिहड़ी एक सरकारी नौकरी है ना लोग कह तो देंदे है ना भी मिल जाए सरकारी नौकरी पर जो सरकार ड्यूटियां लाइदी है सरकार धक्का बहुत करती है। ए गड्डियां तुरी जांदियां ने ते दो दो मुलाजम चढ़ी जांदे आ उन्हां च ते उन्हां नूं पास जिहड़े ने गड्डियां नूं मिली जांदे ने उरों आउट पास लैने आ आ इत्थे जिहड़ी आ गड्डी आ इहदे मगर बंदा खड़ा उहदे तों ड्राइवर आउट पास लै के ते फिर गां लंघदे आ। ਆਪਾਂ ਜਦੋਂ ਸੁਨੇਹਾ ਆਏ ਸੀ ਤਾਂ ਰਸ਼ ਰਵਾਬ ਪੂਰਾ ਸੀਗਾ ਇਸ ਜਗ੍ਹਾ 'ਤੇ ਅਤੇ ਹੁਣ ਜਿਵੇਂ ਜਿਵੇਂ ਪਾਰਟੀਆਂ ਤੁਰ ਰਹੀਆਂ ਨੇ ਰਸ਼ ਘੱਟ ਗਿਆ ਹੁਣ ਰਿਜ਼ਰਵ ਵਾਲੇ ਜਿਹੜੇ ਨੇ ਉਹ ਰਹਿ ਗਏ ਥੋੜ੍ਹੇ ਜਿਹੇ ਜਿਹੜੇ ਅੜੀਅਲ ਜਿਹੇ ਬੰਦੇ ਨੇ ਉਹ ਰਹਿ ਗਏ ਠੱਲੇ ਹੋਏ ਨੇ ਬਾਕੀ ਦੇਖਦੇ ਹਾਂ ਜੇ ਹਾਜ਼ਰੀ ਹੁਣ ਲੱਗਦੀ ਹੋਈ ਹਾਜ਼ਰੀ ਲਾ ਕੇ ਚੱਲਦੇ ਹਾਂ। ਗੱਲ ਕਰ ਆਏ ਉਹ ਕਹਿੰਦੇ ਵੀ ਐਸ ਡੀ ਐਮ ਸਾਹਿਬ ਕੋਲ ਗਏ ਹੋਏ ਨੇ ਮੈਡਮ। ਹਾਂਜੀ ਪਾਪਾ ਦੀ ਫੇਵਰੇਟ ਸਬਜ਼ੀ ਹੈ ਪ੍ਰਸ਼ਾਦੇ ਵਾਲੇ ਸਿਰਾ ਲਾਈ ਆਉਂਦੇ ਨੇ ਲੰਗਰ ਦਾ ਅਤੇ ਸਬਜ਼ੀ ਵਾਹਵਾ ਖੁੱਲ੍ਹੀ ਪਾ ਕੇ ਦੇ ਦਿੱਤੀ ਇਹਨਾਂ ਨੇ ਅਤੇ ਅਤੁੱਟ ਲੰਗਰ ਵਾਲਾ ਹੀ ਸਿਸਟਮ ਆ ਉਹਨਾਂ ਦਾ ਵਰਤਾਰੇ ਵੀ ਬਹੁਤ ਵਧੀਆ ਨੇ ਦੋਵੇਂ ਮੁੰਡੇ ਸਾਰਿਆਂ ਨੂੰ ਬੁਲਾ ਬੁਲੂ ਕੇ ਜਿਹੜੇ ਹੋਰ ਇੰਪਲੋਈਜ਼ ਨੇ ਇੱਥੇ ਦੇ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੇ ਕਿਹਾ ਵੀ ਲਿਫਾਫਿਆਂ 'ਚ ਪਾ ਕੇ ਲੈ ਜਾਓ ਭਾਈ ਘਰਾਂ ਨੂੰ ਵੀ ਵਾਧਾ ਆ ਬਾਕੀ ਰਾਤ ਦਾ ਡਿਨਰ ਜਿਹੜਾ ਹੋਰ ਆਊਗਾ। ਮੇਜ਼ਾਂ ਦੇ ਦੁਆਲੇ ਲੱਗੀ ਭੀੜ ਹਮੇਸ਼ਾ ਦੱਸਦੀ ਹੁੰਦੀ ਆ ਜਾਂ ਤਾਂ ਕੋਈ ਪੰਗਾ ਪੈ ਗਿਆ ਅਤੇ ਜਾਂ ਹਾਜ਼ਰੀ ਸ਼ੁਰੂ ਹੋ ਗਈ। ਸਟੂਡੈਂਟਸ ਨੂੰ ਅਤੇ ਕਲਾਇੰਟਸ ਨੂੰ ਕਹਿਣ ਵਾਲੇ ਵੀ ਲਾਈਨ 'ਚ ਲੱਗ ਜਾਓ ਦੋ ਲਾਈਨਾਂ ਬਣਾ ਲਓ ਐਂ ਇਕੱਠ ਕਰਕੇ ਖੜ੍ਹੇ ਹੋ ਜਾਂਦੇ ਹੁੰਦੇ ਆ ਆਹੀ ਸਿਸਟਮ ਚੱਲਦਾ ਸਾਰਾ। ਵਾਹਿਗੁਰੂ ਵਾਹਿਗੁਰੂ ਹਾਜ਼ਰੀ ਸੁੱਖ ਸਿਕੰਦ ਦੀ ਲੱਗ ਗਈ ਕੋਈ ਬਾਹਲਾ ਉਹਨਾਂ ਨੇ ਤਿੜਪਿੜ ਨਹੀਂ ਕੀਤਾ ਅਫਸਰ ਥੋੜ੍ਹਾ ਜਿਹਾ ਕੈੜਾ ਸੀਗਾ ਪਰ ਠੀਕ ਆ ਜਿੱਦਾਂ ਦਾ ਉਹਨੇ ਸਵਾਲ ਕੀਤਾ ਉੱਦਾਂ ਦਾ ਆਪਾਂ ਕੈੜਾ ਜਿਹਾ ਜਵਾਬ ਦਿੱਤਾ ਸੀ ਉਹਨੂੰ ਹਾਜ਼ਰੀ ਲੱਗ ਗਈ ਹੁਣ ਚੱਲਦੇ ਹਾਂ ਦੇ। ਤੁਹਾਨੂੰ ਸਵੇਰੇ ਆਉਂਦੇ ਹੋਏ ਕਿਹਾ ਸੀ ਵੀ ਖੰਨੇ ਨਾ ਉਰੇ ਕੋਟਾਂ ਕਿਲ੍ਹਾ ਇੱਕ ਆਰ ਡੀ ਬੀ ਫੋਰਟ ਜਿਹਨੂੰ ਕਹਿੰਦੇ ਆ ਆਰ ਡੀ ਬੀ ਤਾਂ ਕਹਿੰਦੇ ਵੀ ਰੰਗ ਦੇ ਬਸੰਤੀ ਮੂਵੀ ਦੀ ਸ਼ੂਟਿੰਗ ਉਰੇ ਹੋਈ ਸੀ ਵੀ ਉਹ ਦਿਖਾਵਾਂਗੇ ਜੇ ਦਿਨ ਖੜਿਆ ਹੋਇਆ ਤਾਂ ਦਿਨ ਚਮਕਦਾ ਹਲੇ ਸੂਰਜ ਉਹ ਸਾਹਮਣੇ ਘੰਟਾ ਘਰ ਗੁਰਦੁਆਰਾ ਸਾਹਿਬ ਦਾ ਅਤੇ ਇੱਥੋਂ ਖੱਬੇ ਹੱਥ ਮੁੜ ਕੇ ਆਰ ਡੀ ਬੀ ਫੋਰਟ ਆ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਚੱਲ ਰਿਹਾ ਹੋ ਸਕਦਾ ਆਪਣੇ ਉਹ ਪੈ ਜਾਵੇ ਚੈਨਲ 'ਤੇ ਕਾਪੀਰਾਈਟ ਸਟ੍ਰਾਈਕ ਪਰ ਸ਼ਬਦ ਵਾਲੇ ਘੱਟ ਹੀ ਕਰਦੇ ਹੁੰਦੇ ਨੇ। ਸੂਰਜ ਦੇ ਹੇਠਾਂ ਕਿਲ੍ਹੇ ਦੀ ਬਿਲਡਿੰਗ ਬਹੁਤ ਸੋਹਣੀ ਲੱਗ ਰਹੀ ਹੈ ਕਿਲ੍ਹੇ ਨਹੀਂ ਬੇਸਿਕਲੀ ਇਹ ਸਰਾਏ ਹੁੰਦੀ ਆ ਸਰਾ ਦੇ ਦਿਆਂ ਅੰਦਰ ਗੇਟ ਵੱਲ ਜਾਂਦੇ ਆ ਫਿਰ ਦੇ ਦਿਆਂ ਖੁੱਲ੍ਹਾ ਕੇ ਬੰਦ ਆ ਇਹਨਾਂ ਨੇ ਛੋਟੀ ਜਿਹੀ ਕੰਧੋਲੀ 'ਤੇ ਜਿੰਦਰਾ ਲਾਇਆ ਹੋਇਆ ਗੇਟ ਦਾ ਬਾਹਰੋਂ ਬਾਹਰ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਆ ਜੀ ਇਹਦੀ ਐਂਟਰੈਂਸ ਅਤੇ ਇਹਦਾ ਮੂੰਹ ਜਿਹੜਾ ਆ ਮੱਕੇ ਵੱਲ ਨੂੰ ਆ ਮੈਨੂੰ ਕਿਵੇਂ ਲੱਗਿਆ ਪਤਾ ਵੀ ਇਹਦਾ ਐਂਟਰੈਂਸ ਦਾ ਮੂੰਹ ਮੱਕੇ ਵੱਲ ਨੂੰ ਆ ਪਹਿਲੀ ਗੱਲ ਤਾਂ ਐਂਟਰੈਂਸ ਦਾ ਪਤਾ ਲੱਗਦਾ ਉੱਪਰ ਜਿਹੜੀਆਂ ਇਹ ਆਹ ਲਿਖੇ ਹੋਏ ਆ ਨਾ ਅਤੇ ਆਹ ਤਿੰਨ ਲੱਗੀਆਂ ਹੋਈਆਂ ਸੀ ਤਖ਼ਤੀਆਂ ਪਹਿਲਾਂ ਇੱਕ ਖਰਾਬ ਹੋ ਗਈ ਹੋਈ ਆ ਦੋ ਪਈਆਂ ਨੇ ਹਲੇ ਅਤੇ ਇਹ ਜਿਹੜੀ ਐਂਟਰੈਂਸ ਆ ਇਹ ਜਮ੍ਹਾਂ ਹੀ ਇੱਧਰ ਲਹਿੰਦੇ ਵਾਲੇ ਪਾਸੇ ਆ ਸੂਰਜ ਲਹਿ ਰਿਹਾ ਹੁਣ ਅਤੇ ਲਹਿੰਦੇ ਵਾਲੇ ਪਾਸੇ ਜਿਹੜਾ ਆ ਉਹ ਹੈਗਾ ਜੀ ਮੱਕਾ ਸ਼ਰੀਫ ਕਹਿੰਦੇ ਖੁਦਾ ਦਾ ਘਰ ਆ ਉਹ ਨਹੀਂ ਗੇਟ ਤੋਂ ਨਹੀਂ ਟੱਪੀਦਾ ਬੁੱਤੂ ਗੰਦੇ ਬੱਚੇ ਗੇਟ ਤੋਂ ਟੱਪਦੇ ਹੁੰਦੇ ਆ ਤੁਸੀਂ ਟੱਪਣਾ ਗੇਟ ਤੋਂ ਨਾਨਕੀ ਗੁੱਡ ਬੇਬੀ ਆ
ਇਹ ਆ ਬੱਕਰੀਆਂ ਚ ਤਰੋਣ ਵਾਲੇ ਬੇਰ ਰਾਜਸਥਾਨ ਦੇ ਬਹੁਤ ਸਵਾਦ ਤੇ ਬਹੁਤ ਖੂਬ ਬੇਰੀ ਹੁੰਦੀ ਆ ਇਹ ਵੈਸੇ ਜ਼ਿਆਦਾਤਰ ਇਹ ਲਾਲ ਰੰਗ ਚ ਹੁੰਦੇ ਨੇ ਪਰ ਇਹ ਇਸ ਮੌਸਮ ਚ ਜਿਵੇਂ ਜਿਹੜਾ ਮਿਲਦਾ ਆ ਉਹ ਹੈ ਇਹ ਰੰਗ ਚ ਥੋੜੇ ਜੇ ਜਿਵੇਂ ਕਹਿ ਲਓ ਮਰੂਨ ਜਾਂ ਕਾਲਖ ਜੇ ਚ ਨੇ ਇਹ ਲਵਾਂਗੇ ਆਪਾਂ ਦਸਾਂ ਦੇ ਤੇ ਲੂਣ ਲਾ ਕੇ ਖਾਵਾਂਗੇ ਦਿਓ ਬਾਈ ਦਸਾਂ ਦੇ ਨਾਲ ਇਹ ਕਿਰਤੀ ਬਾਈ ਮੁਰਮੁਰਾ ਵੇਚ ਰਿਹਾ ਇਹ ਗੁਰਦੁਆਰਾ ਸਾਹਿਬ ਦਾ ਘੰਟਾ ਘਰ ਐਂਟਰੈਂਸ ਕਾਰਸੇ ਵਾਲੇ ਬਾਬਿਆਂ ਨੇ ਇੱਥੋਂ ਕੰਧ ਵੱਢ ਕੇ ਪਾਰਕਿੰਗ ਦਾ ਰਾਹ ਆਹ ਕਰਤਾ ਪੁਰਾਣੀ ਜਿਹੜੀ ਐਂਟਰੈਂਸ ਹੈ ਉਹ ਆਹ ਸੀ ਗੁਰਦੁਆਰਾ ਸਾਹਿਬ ਦੀ ਘੰਟਾ ਘਰ ਦੇ ਮੁਤਾਬਕ ਸ਼ਾਮ ਦੇ ਵੱਜ ਗਿਆ ਜੀ 6 ਤੇ ਆਪਾਂ ਨੂੰ ਹਲੇ ਇੱਥੋਂ 25-30 ਮਿੰਟ ਲੱਗ ਜਾਣੇ ਆ ਲੁਧਿਆਣੇ ਜਾਂਦੇ ਨੂੰ ਸੂਰਜ ਬਾਬਾ ਜੀ ਹੇਠਾਂ ਜਾਈ ਜਾਂਦੇ ਨੇ ਸੰਤਰੀ ਕੀਤਾ ਪਿਆ ਆਪਣੇ ਨਾਲ ਦਾ ਅਸਮਾਨ ਬਹੁਤ ਜ਼ਿਆਦਾ ਸ਼ਾਂਤੀ ਆ ਗੁਰਦੁਆਰਾ ਸਾਹਿਬ 'ਚ ਔਰ ਗੁਰਬਾਣੀ ਇੰਨੀ ਕੁ ਸ਼ਾਂਤ ਕਰਦੀ ਹੈ ਮਨ ਨੂੰ 15 ਕੁ ਮਿੰਟ ਬੈਠੇ ਅੰਦਰ ਮਜ਼ਾ ਆ ਗਿਆ ਮਿੱਤਰ ਪਿਆਰਿਓ ਆਪਾਂ ਦਰਾਹੇ ਦੇ ਲਾਗੇ 'ਚ ਅੱਗੇ ਪਹੁੰਚ ਗਏ ਅਤੇ ਬਸ ਘਰ ਪਹੁੰਚਾਂਗੇ ਹੁਣ ਸਿੱਧਾ ਘਰ ਮਿਲਾਂਗੇ ਤੁਹਾਨੂੰ ਹਾਂਜੀ ਆਪਾਂ ਘਰ ਪਹੁੰਚ ਗਏ ਸੀ ਟਾਇਰਿੰਗ ਸੀ ਥੋੜ੍ਹਾ ਜਿਹਾ ਦਿਨ ਪੈਣ ਹੋਰਾਂ ਲਈ ਮੇਰਾ ਤਾਂ ਤੁਹਾਨੂੰ ਪਤਾ ਹੀ ਆਪਾਂ ਖਾਂਦੇ ਪੀਂਦੇ ਐ ਚਤੰਨ ਜੇ ਰਹੀਦਾ ਠੀਕ ਆ ਕੱਲ੍ਹ ਵਲੋਗ ਬਣਾਵਾਂਗੇ ਵੀ ਵੋਟਿੰਗ ਵਗੈਰਾ ਕਿਵੇਂ ਸਾਡੇ ਇਲਾਕੇ 'ਚ ਹੋ ਰਹੀ ਆ ਅੱਜ ਵਾਲਾ ਵਲੋਗ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਇਹ ਸ਼ਨੀਵਾਰ ਬਣਿਆ ਹੋਇਆ ਵਲੋਗ ਸੀਗਾ ਇੱਦਾਂ ਹੀ ਪਿਆਰ ਦਿੰਦੇ ਰਹੋ ਸ਼ੇਅਰ ਜ਼ਰੂਰ ਕਰਦੇ ਕਰੋ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਜੇ ਨਹੀਂ ਦੇਖਿਆ ਤਾਂ ਜ਼ਰੂਰ ਜਾ ਕੇ ਦੇਖੋ ਇੰਸਟਾਗ੍ਰਾਮ ਦੇ ਉੱਤੇ ਸਾਡੇ ਨਾਲ ਜੁੜੇ ਰਹੋ ਇੰਸਟਾਗ੍ਰਾਮ ਹੈਂਡਲਰ ਤੁਹਾਨੂੰ ਸਕਰੀਨ ਦੇ ਉੱਤੇ ਦਿਖ ਰਿਹਾ ਹੋਊਗਾ ਚੜ੍ਹਦੀ ਕਲਾ 'ਚ ਰਹੋ